मानसा के पिंड जवाहरके हमलावर वालों गोलियां का शिकार होकर जान गवाउण वाले पंजाबी गायक शुभदीप सिंह सिद्धू मूसेवाला का आदमकद बुत परिवार वालों बनाए गए स्मारक से स्थापित किया गया। पिंड माणुके के बुतकार इकबाल गिल वालों बनाए सिद्धू मूसेवाला के आदमकद बुत को स्थापित करने के लिए रसम सिद्धू के माता पिता ने भारी गिनती सिद्धू को चोण वाले की मौजूदगी की। उत्थे सिद्धू मूसेवाला के पिता बलकौर सिंह का कहना है कि जब तक सरकार सिद्धू नूं मारन वाले शूटरां दे विदेश विच रहिंदे आकामां दा हल नहीं करदी उदों तक इंसाफ अधूरा है। ਕਿੰਨਾ ਤੁਸੀਂ ਪਿਆਰ ਦੇ ਰਹੇ ਹੋ ਅੱਜ ਕੋਈ ਦੋ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਪਰ ਤੁਹਾਡੀ ਖਿੱਚ ਹੈ ਜਿਹੜੀ ਉਹ ਘਟਣ ਦੀ ਜਗ੍ਹਾ ਵੱਧਦੀ ਜਾ ਰਹੀ ਹੈ ਅਨੇਕਾਂ ਅਜਿਹੇ ਹੋਣ ਦੇ ਬਾਵਜੂਦ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਸੰਡੇ ਨੂੰ ਤਾਂ ਘੱਟੋ ਘੱਟ ਤੁਹਾਨੂੰ ਟਾਈਮ ਦੇਵਾਂ ਕਿਉਂਕਿ ਇਨਵੈਸਟੀਗੇਸ਼ਨ ਵੀ ਸਾਰੀ ਚੱਲੀ ਜਾਂਦੀ ਹੈ ਮਗਰ ਆਪਾਂ ਨੂੰ ਜਾਣਾ ਪੈਂਦਾ ਜਿੱਥੇ ਕਿਤੇ ਵੀ ਅਫਸਰ ਬੁਲਾਉਂਦੇ ਆ ਅਤੇ ਆਪਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਬੱਚੇ ਦਾ ਆਪਾਂ ਨੂੰ ਇਨਸਾਫ ਮਿਲੇ ਪ੍ਰਸ਼ਾਸਨ ਲੱਗਿਆ ਵੀ ਹੋਇਆ ਤਨਦੇਹੀ ਨਾਲ ਉਮੀਦ ਵੀ ਆਪਾਂ ਕਰ ਸਕਦੇ ਹਾਂ ਵੀ ਕੁਛ ਚੰਗਾ ਸੁਣਨ ਨੂੰ ਮਿਲੂਗਾ ਆਪਾਂ ਨੂੰ ਕਿਉਂਕਿ ਬੇਦੋਸ਼ਾ ਬਿਲਕੁਲ ਹੀ ਕੋਰਾ ਕਾਗਜ਼ ਜਿਹਨੂੰ ਆਪਾਂ ਕਹਿੰਦੇ ਹਾਂ ਪਾਪੀਆਂ ਨੇ ਉਹਨੂੰ ਗੋਲੀਆਂ ਚਲਾਈਆਂ ਨੇ ਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਅਸੀਂ ਮਾਰ ਕਿਹਨੂੰ ਰਹੇ ਹਾਂ ਉਹਨਾਂ ਨੂੰ ਕੁਛ ਨਹੀਂ ਪਤਾ ਭਾਵੇਂ ਜਿਹੜਾ ਆਪਣਾ ਇਨਸਾਫ ਹੈ ਉਹ ਸ਼ੂਟਰਾਂ ਨੂੰ ਮਾਰਨ ਤੱਕ ਜਾਂ ਫੜਨ ਤੱਕ ਸੀਮਤ ਨਹੀਂ ਹੈ ਜਦ ਤੱਕ ਇਹਨਾਂ ਦੇ ਅੱਕ ਜਿਹੜੇ ਵੱਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਕਰਦੀਆਂ ਸਰਕਾਰਾਂ ਤਦ ਤੱਕ ਆਪਾਂ ਇਨਸਾਫ ਨੂੰ ਅਧੂਰਾ ਹੀ ਮੰਨਾਂਗੇ ਕਿਉਂਕਿ ਹਰ ਇੱਕ ਇੰਨੀ ਕੁ ਆਜ਼ਾਦੀ ਤਾਂ ਹਰ ਇੱਕ ਨੂੰ ਚਾਹੀਦੀ ਹੈ ਕੋਈ ਬੇਖੌਫ ਹੋ ਕੇ ਆਪਣੇ ਘਰ ਤੋਂ ਬਾਹਰ ਖੇਤ ਬੰਨੇ ਆਪਣੇ ਕੰਮ ਧੰਦੇ ਜਾ ਸਕਦਾ ਹੋ ਔਰ ਸਰਕਾਰ ਦੀ ਡਿਊਟੀ ਵੀ ਬਣਦੀ ਹੈ ਵੀ ਇੰਨੀ ਕੁ ਤਾਂ ਹਰ ਇੱਕ ਨਾਗਰਿਕ ਨੂੰ ਸੁਰੱਖਿਆ ਦੇਣੀ ਉਹਦੀ ਬਣਦੀ ਹੈ ਇਹੋ ਜਿਹਾ ਮਾਹੌਲ ਦੇਣਾ ਤਾਂ ਬਣਦਾ ਹੀ ਹੈ ਕਿ ਸਵੇਰੇ ਕੰਮ 'ਤੇ ਗਿਆ ਬੱਚਾ ਸ਼ਾਮ ਨੂੰ ਘਰ ਵਾਪਸ ਪਰਤਣ ਦੀ ਹਿੰਮਤਾ ਰੱਖੇ ਮੌਜੂਦਾ ਹਾਲਾਤ ਹੈ ਜਿਹੜੇ ਬਹੁਤ ਮਾੜੇ ਨੇ ਪਰਮਾਤਮਾ ਅੱਗੇ ਦੁਆ ਕਰ ਸਕਦਾ ਕਿ ਮੇਰੇ ਵਾਂਗੂ ਕਿਸੇ ਹੋਰ ਪਰਿਵਾਰ ਦਾ ਹਾਲ ਨਾ ਹੋਵੇ ਸਿੱਧੂ ਚਲਾ ਗਿਆ ਪਰ ਉਹ ਪਿੱਛੇ ਕਾਫੀ ਸਵਾਲ ਛੱਡ ਕੇ ਵੀ ਗਏ ਇਸ ਮੇਰੇ ਦੇਸ਼ ਦੇ ਹਕੂਮਤਾਂ ਦੇ ਹਾਕਮਾਂ ਨੂੰ ਗੱਲਾਂ ਧਿਆਨ 'ਚ ਰੱਖਣੀਆਂ ਪੈਣਗੀਆਂ ਕਿ ਤਰੱਕੀ ਕਰਨ ਦੇ ਹਸ਼ਰ ਇਸ ਤਰ੍ਹਾਂ ਹੀ ਹੋਣਗੇ ਪਾਪੀ ਬੜੇ ਟੀਵੀ ਚੈਨਲਾਂ 'ਤੇ ਬੈਠ ਬੈਠ ਕੇ ਕਹਿੰਦੇ ਆ ਹਾਂ ਉਹ ਤਾਂ ਅਸੀਂ ਮਾਰਨੀ ਸੀ ਮੈਂਬਰ ਵਾਲਿਆਂ ਇਹ ਗੱਲ ਸੁਣਨ ਲਈ ਸਾਨੂੰ ਬੜੀ ਔਖੀ ਲੱਗਦੀ ਹੈ ਵੀ ਇੱਕ ਕਲੀਅਰ ਬੰਦਾ ਕਹਿ ਰਿਹਾ ਹਾਂ ਮੈਂ ਮਾਰਿਆ ਫਿਰ ਉਹਨੂੰ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ ਮੈਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਸਾਰਿਆਂ ਤੱਕ ਪਹੁੰਚਾਉਣੀ ਚਾਹੁੰਦਾ ਜਿਵੇਂ ਮੇਰੇ ਨੂੰ ਸੜਕ 'ਤੇ ਜਾਂਦੇ ਨੂੰ ਗੋਲੀਆਂ ਨਾਲ ਛਲਣੀ ਕਰਕੇ ਪਾਤਾ ਅਸੀਂ ਵੀ ਚਾਹੁੰਦੇ ਉਹ ਪਾਪੀ ਕੋਰਟਾਂ ਦੇ ਵਿੱਚ ਜਾਣ ਉਹਨਾਂ ਨੂੰ ਵੀ ਕੋਈ ਸੁਰੱਖਿਆ ਨਾ ਦਿੱਤੀ ਜਾਵੇ ਘੱਟੋ ਘੱਟ ਅਸੀਂ ਸਿੱਧੇ ਹੋ ਕੇ ਕੁਝ ਦਿਨ ਦੇਖ ਤਾਂ ਲਈਏ ਅੱਜ ਪਾਪੀ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਠੱਗ ਕੇ ਉਹ ਹਿਊਮਨ ਰਾਈਟਸ ਦੀ ਮੰਗ ਕਰਦੇ ਆ ਭਾਈ ਮੇਰੇ ਬੱਚੇ ਦੇ ਹਿਊਮਨ ਰਾਈਟਸ ਕਿੱਥੇ ਗਏ ਸੀ ਕਿ ਉਹ ਘਰ ਤੋਂ ਬਾਹਰ ਇਕੱਲਾ ਘੁੰਮ ਨਹੀਂ ਸਕਦਾ ਸੀ ਪੁਲਿਸ ਸੁਰੱਖਿਆ ਕਿੰਨੇ ਕੁ ਨੂੰ ਦੇ ਦੂਗੀ ਐਡੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਊਗਾ ਕਿ ਅਸੀਂ ਬੇਖੌਫ ਹੋ ਕੇ
ਆਪੋ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਅੱਜ ਉਹ ਚੱਲਦੇ ਆ ਕਿਸੇ ਪੇਛੀ ਦੇ ਉੱਤੇ, 200 ਬੰਦਾ ਉਹਨਾਂ ਦੇ ਨਾਲ ਚੱਲਦਾ ਹੈ। ਅਸੀਂ ਕਿਵੇਂ ਆ, ਉਹਨਾਂ 'ਤੇ ਖਰਚ ਨਹੀਂ ਹੁੰਦਾ। ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰੇ ਸਾਲ ਦਾ, ਔਰ ਹਸ਼ਰ ਤੁਹਾਡੇ ਸਾਹਮਣੇ ਆ। ਇਹ ਕਮੀਆਂ ਨੇ ਭਰਾਵੋ, ਇਹ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਔਰ ਮੇਰੀ ਤਾਂ ਇਨਸਾਫ ਦੀ ਗੁਹਾਰ ਉਹ ਸੱਚੇ ਮਾਲਕ 'ਤੇ ਹੈ ਵੀ ਮੇਰੇ ਨੇ ਕਿਤੇ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਪਰਿਵਾਰ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਇਹ ਜਿਹੜੇ ਦੋਸ਼ ਲਾਉਂਦੇ ਆ ਬੇਬੁਨਿਆਦ ਦੇ, ਝੂਠੇ ਨੇ। ਆਪਣੇ ਆਪ ਨੂੰ ਸਾਬਤ ਕਰ ਲਈ, TV ਚੈਨਲਾਂ 'ਤੇ ਬਹਿ ਕੇ ਇੰਟਰਵਿਊਆਂ ਦਿੰਦੇ ਨੇ, ਸਾਡੇ ਕਿਰਦਾਰ ਇਹਨਾਂ ਵਰਗੇ ਨਹੀਂ। ਜੇ ਅਸੀਂ ਝੂਠੇ ਹੁੰਦੇ, ਜੇ ਅਸੀਂ ਮਾੜੇ ਹੁੰਦੇ ਤਾਂ ਇੰਨਾ ਇਕੱਠ ਅੱਜ ਵੇਖਣ ਨੂੰ ਨਹੀਂ ਮਿਲਦਾ ਸੀ। ਅੱਜ 50 ਦਿਨ ਤੋਂ ਉੱਤੇ ਆਉਣ ਵਾਲੇ ਹੋ ਗਏ। ਸੱਚ ਸਿਰ ਚੜ੍ਹ ਕੇ ਬੋਲਦਾ ਭਰਾਵੋ, ਜੋ ਸੱਚ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਬਹੁਤ ਔਖਾ 27 ਸਾਲਾਂ ਦੇ ਪੁੱਤ ਦੇ ਬੁੱਤ ਲਾਉਣੇ, ਪਰ ਆਪਾਂ ਇਸ ਸਿਸਟਮ ਦੇ ਖਿਲਾਫ ਲੜਾਂਗੇ। ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਨਵੈਸਟੀਗੇਸ਼ਨ ਸਭ ਆਪੋ ਆਪਣਾ ਕੰਮ ਚੱਲੀ ਜਾਂਦਾ। ਹਲੇ ਮੇਰੀ ਆਸ ਹੈ, ਆਸ ਮੇਰੀ ਟੁੱਟੀ ਨਹੀਂ ਹਲੇ ਤੱਕ, ਵੀ ਜੋ ਹੋਊਗਾ ਠੀਕ ਹੋਊਗਾ, ਨਹੀਂ ਫਿਰ ਉਹ ਤੋਂ ਬਾਅਦ ਦੇਖਾਂਗੇ। ਝੂਠ ਬੋਲ ਰਹੇ ਨੇ ਨਾ, ਇੰਨਾ ਕੁਛ ਬੋਲ ਰਹੇ ਨੇ, ਸਾਨੂੰ ਝੱਲਣਾ ਔਖਾ ਹੋਇਆ ਪਿਆ। ਸਾਡਾ ਬੱਚਾ ਤਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ 'ਚ ਲੱਗਿਆ ਹੋਇਆ ਸੀ। PGI ਜਾ ਕੇ ਪੁੱਛੋ ਵੀ ਉਹਨੇ ਕਿੰਨੇ ਮਰੀਜ਼ਾਂ ਦੀ ਜਾਨ ਬਚਾਈ। ਜਿਹੜਾ ਕੋਈ ਡੋਨਰ ਮੰਗਦਾ ਸੀ ਉਹਨੇ ਫੋਨ ਕਰਨਾ, ਉਹਨੇ ਆਪਦੀ ਪੋਸਟ ਪਾਉਣੀ, ਹਜ਼ਾਰਾਂ ਜਵਾਕ ਖੜਾ ਹੋ ਜਾਂਦਾ ਸੀ। ਉਹ ਕਹਿੰਦੇ ਹੈਗੇ ਵੀ ਸਿੱਧੂ 'ਚ ਹੰਕਾਰ ਸੀ। ਜਿਹੜੇ ਬੰਦੇ ਨੇ ਆਪਦੀ ਨਾ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਆਪਦੀ ਆਪ ਤਰੱਕੀ ਕੀਤੀ ਹੋਵੇ ਉਹਦੇ 'ਚ ਹੰਕਾਰ ਹੁੰਦਾ, ਠੀਕ ਹੈ। ਮੈਂ ਅੱਜ ਫਖਰ ਮਹਿਸੂਸ ਕਰਦੀ ਹਾਂ ਵੀ ਮੇਰਾ ਪੁੱਤ ਤਾਂ ਬਹਾਦਰ ਸੀ, ਸ਼ੇਰ ਸੀ, ਜਿਹਨੇ ਇੰਨੀ ਦੁਨੀਆ ਇਕੱਠੀ ਕੀਤੀ ਹੈ, ਜਿਹਨੂੰ ਇੰਨੀਆਂ ਮਾਵਾਂ ਰੋਂਦੀਆਂ ਨੇ, ਜਿਹਨੂੰ ਇੰਨੇ ਬੱਚੇ ਰੋਂਦੇ ਨੇ, ਜਿਹਨੂੰ ਇੰਨੇ ਬਜ਼ੁਰਗ ਰੋਂਦੇ ਨੇ, ਮੈਂ ਉਹ 'ਤੇ ਮਾਣ ਮਹਿਸੂਸ ਕਰਦੀ ਹਾਂ। ਉਹ ਬੁੱਝਦਿਲ ਨੇ, ਬੁੱਝਦਿਲ ਨੇ ਜਿਹੜੇ ਮੂੰਹ ਲੁਕੋ ਕੇ ਫੇਸਬੁੱਕਾਂ ਉੱਤੇ ਭਕਾਈਆਂ ਮਾਰਦੇ ਨੇ। ਇਹ ਕੋਰਾ ਝੂਠ ਬੋਲ ਰਹੇ ਨੇ ਸਿੱਧੂ ਦੀ ਛਵੀ ਖਰਾਬ ਕਰਨ ਵਾਸਤੇ। ਪਰ ਸਿੱਧੂ ਦੀ ਛਵੀ ਤਾਂ 2 ਮਹੀਨੇ ਹੋ ਗਏ ਸਾਨੂੰ ਪਤਾ, ਤੁਹਾਨੂੰ ਵੀ ਪਤਾ ਲੱਗ ਰਿਹਾ, ਸਾਨੂੰ ਵੀ ਪਤਾ ਲੱਗ ਰਿਹਾ ਵੀ ਉਹਦੀ ਛਵੀ ਕੀ ਸੀ। ਉਹ ਤਾਂ ਇੱਕ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ, ਸਾਨੂੰ ਮਾਣ ਮਹਿਸੂਸ ਆ ਉਹਦੇ 'ਤੇ, ਠੀਕ ਹੈ। ਸਾਨੂੰ ਸਾਡੀ ਮੇਰੀ ਕੁੱਖ ਨੂੰ ਆ ਕੇ ਰੋਜ਼ ਅਗਲੇ ਐਂ ਕਹਿੰਦੇ ਨੇ ਵੀ ਹਾਂ ਤੁਹਾਡੀ ਕੁੱਖ ਸੁਲੱਖਣੀ ਹੈ, ਸਲਾਮਾਂ ਕਰਦੇ ਨੇ, ਪਰ ਉਹਨਾਂ ਦੀਆਂ ਮਾਵਾਂ ਦੀ ਕੁੱਖ ਨੂੰ ਲੋਕ ਗਾਲਾਂ ਦੇ ਰਹੇ ਨੇ। ਮੇਰੀ ਆਤਮਾ ਨੂੰ ਸ਼ਾਂਤੀ ਤਾਂ ਮਿਲਦੀ ਹੈ ਜਦੋਂ ਉਹਨਾਂ ਨੂੰ ਇੰਨੀਆਂ ਗਾਲਾਂ ਮਿਲਦੀਆਂ ਨੇ। ਇਹਨਾਂ ਨੇ ਸੋਚਿਆ ਸੀ ਵੀ ਸਿੱਧੂ ਦੀ ਆਵਾਜ਼ ਨੂੰ ਖਮੋਸ਼ ਕਰ ਦਿਆਂਗੇ। ਸਿੱਧੂ ਨੂੰ ਜਿਉਂਦੇ ਨੂੰ 1 ਮਿਲੀਅਨ ਬੰਦਾ ਫੋਲੋ ਕਰਦਾ ਸੀ, ਅੱਜ ਉਹਨੂੰ 16 ਮਿਲੀਅਨ ਤੋਂ ਉੱਪਰ ਫੋਲੋ ਕਰਦੇ ਨੇ। ਸਿੱਧੂ ਦੀ ਸੋਚ ਅੱਗੇ ਨੂੰ ਦੁੱਗਣੀ ਹੋਈ ਹੈ। ਅਗਲੇ ਸਮੇਂ 'ਚ ਤੁਹਾਨੂੰ ਆਉਣ 'ਤੇ ਪਤਾ ਲੱਗ ਜੂਗਾ ਵੀ ਸਿੱਧੂ ਕੀ ਚੀਜ਼ ਸੀ। ਬਾਪੂ ਨਾਲ ਆ ਤੇਰੇ, ਕਾਲ ਕਰਦੀ ਸਾਨੂੰ ਇੱਕ ਵਾਰੀ, ਜੋ ਕਹਿਣਾ ਤੇਰੇ ਪਿੱਛੇ ਚੱਲਾਂਗੇ ਅਸੀਂ, ਨਾਲ ਆ ਤੇਰੇ, ਜਮਾ ਨਾਲ ਆ, ਪੀਤਾ ਮੈਂ ਠੋਕਾਂਗਾ, ਜਾਣ ਦੇ ਦੇ ਬਾਪੂ, ਜਾਣ ਆ ਸਾਨੂੰ। ਸਾਡੇ ਦਿਲਾਂ ਚ ਵੱਸਦਾ ਕੌਣ, ਕੱਢ ਦੂ ਦਿਲਾਂ ਚੋਂ। ਸਿੰਘ ਜੀ ਮੰਗੂ ਜੀ, ਉਹਨਾਂ ਨੇ 4 ਖੋਕੇ ਇੰਨੀ ਦੁਨੀਆ ਪਾਈ ਸੀ, ਅਸੀਂ ਵੀ ਖੋਕੇ ਬਹੁਤ। ਹਾਂ, ਸੋਡੇ ਵੀ ਜੀਵਤ ਕਈ ਹਜ਼ਾਰ ਨੇ, ਸੋਡੇ ਹੀ ਅਸੀਂ ਵੀ ਖੜੇ ਆ ਜਿਹੜੇ। ਬਸ ਜੀ, ਕਹਿਣ ਨੂੰ ਕੋਈ ਸ਼ਬਦ ਹੀ ਹੈ ਨਹੀਂ, ਕੀ ਕਹਿਣਾ ਜੀ, ਬਸ ਸ਼ਬਦ ਹੈ ਨਹੀਂ ਕੋਈ ਕਹਿਣ ਲਈ, ਕੁਛ ਵੀ ਹੈ ਨਹੀਂ। ਜਦੋਂ ਤੁਰ ਗਿਆ ਸਾਡਾ ਯਾਰ, ਪਿੱਛੇ ਕੁਛ ਨਹੀਂ ਰਹਿ ਗਿਆ ਜੀ। ਸੋ ਚਾਦਾਂ ਸਾਰੀ ਉਮਰ, ਸਾਰੀ ਦੁਨੀਆ ਜਿੰਨਾ ਚਿਰ ਰਹਿੰਦੀ ਆ ਉਨਾ ਚਿਰ ਨਾਂ ਰਹੂਗਾ। ਤੁਹਾਡੇ ਚੈਨਲ ਰਾਹੀਂ ਇੱਕ ਰਿਕੁਐਸਟ ਜ਼ਰੂਰ ਕਰਦੇ ਹਾਂ ਵੀ ਜਿਹੜੇ ਵੀ ਵੀਰ ਭਰਾ ਇੱਥੇ ਆਉਣਗੇ ਬਾਅਦ 'ਚ, ਵੀ ਉੱਪਰ ਨਾ ਚੜ੍ਹਨ ਉਹ ਜ਼ਰੂਰ, ਕਿਉਂਕਿ ਉੱਪਰ ਚੜ੍ਹਨਾ ਜਾਂ ਫੋਟੋ ਖਿਚਾਉਣ, ਵੈਸੇ ਤਾਂ ਅਸੀਂ 1-2 ਦਿਨਾਂ 'ਚ ਸ਼ੀਸ਼ਾ ਲਾ ਦੇਣਾ, ਪਰ ਜਿੰਨੇ ਦਿਨ ਸ਼ੀਸ਼ਾ ਨਹੀਂ ਲੱਗਦਾ 2-4 ਦਿਨ 'ਚ, ਉਹਨਾਂ ਚਿਰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਉੱਪਰ ਨਾ ਚੜ੍ਹਨ, ਮੂਹਰੇ ਖੜ੍ਹ ਕੇ ਮਤਲਬ ਆਪਦੀ ਫੋਟੋ ਕਰਾ ਲੈਣ, ਠੀਕ ਹੈ। ਉਹਨਾਂ ਦੀਆਂ ਭਾਵਨਾ ਪਿਆਰ ਕਰਦੇ ਆ, ਉਹਨਾਂ ਚੀਜ਼ਾਂ ਨੂੰ ਵੀ ਸਮਝਦੇ ਹਾਂ, ਪਰ ਇਹਨਾਂ ਜ਼ਰੂਰ ਧਿਆਨ ਰੱਖਣ ਜੀ। ਇਹ ਬੁੱਤ ਬਣਾ ਕੇ ਅਸੀਂ ਪਿਛਲੇ ਸੰਡੇ ਇੱਥੇ ਘਰ ਦੇ ਵਿੱਚ ਲਿਜਾਂਦਾ ਸੀ, ਉਦੋਂ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ, ਅਸੀਂ ਫਿੱਟ ਨਹੀਂ ਕਰ ਸਕੇ, ਲਗਾ ਨਹੀਂ ਸਕੇ। ਅੱਜ ਬੁੱਤ ਦੀ ਸਥਾਪਨਾ ਕਰਨੀ ਹੈ ਜੀ, ਉੱਥੇ ਇਹਨਾਂ ਦੀ ਜਿਹੜੀ ਮੈਮੋਰੀਅਲ ਯਾਦਗਾਰ ਬਣੀ ਹੈ ਉੱਥੇ ਬੁੱਤ ਲੱਗੂਗਾ।
स्टैचू तैयार करते स्टैचू मैं दिलों तैयार किया आपके अंदर भावनावान सगम सूँ भी तो 25 दिन लग गए जी और पूरा स्टैचू मैं बहुत दुखी मन के नाल रोंद रोंद पूरा किया है। एक बहुत वीडी छाप छड़ गया दुनिया से बहुत व्डा गम दे गया और अज बुत लाने का ही फायदा जी ये बुत तो असी चंगे काम करन दा परण करिए इहदे पूर्णियां ते चलिए जो ये चंगे काम करदा सीगा खेतीबाड़ी नूं माता पिता नूं प्यार करदा सी इहने खेतीबाड़ी अपनाई है कनेडा दी धरती तों इत्थे पंजाब दे विच जिहड़ा बसिया सानूं उह चीज़ सब तो वधिया लगी है क्योंकि लोग पंजाब छड छड के जा रहे हैं तो इन्हां ने कनेडा दी धरती छड के एडा वड्डा फनकार गायक होने के बावजूद भी पंजाब की धरती से इन्हों ने खेतीबाड़ी की मैं ये चीज़ बहुत चंगी लगती सी और दूसरी गल यह है कुदरत ने इन्हों बहुत प्यार देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप हुण तुहाडा अपना अजीत हर सोशल मीडिया प्लेटफॉर्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तों पेज लाइक करने के लिए इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।